ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪੰਜਾਬੀ ਡਾਕ 5 ਵਿੱਚ ਤੁਹਾਡਾ ਸਭ ਦਾ ਮੈਂ ਅਜੇ ਸਵਾਗਤ ਕਰਦਾ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਬਿੰਦਾ ਦੇ ਪੱਟ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਘਰ ਦੇ ਵਿੱਚ ਬੈਠੇ ਜਦੋਂ ਗੋਬਿੰਦਾ ਆਪਣੀ ਰਿਵਾਲਵਰ ਸਾਫ਼ ਕਰ ਰਹੇ ਹੁੰਦੇ ਨੇ ਤਾਂ ਅਚਾਨਕ ਰਿਵਾਲਵਰ ਚੱਲਣ ਦੇ ਨਾਲ ਉਹਨਾਂ ਦੇ ਪੱਟ ਵਿੱਚ ਗੋਲੀ ਵੱਜ ਜਾਂਦੀ ਹੈ। ਇਸ ਪੂਰੀ ਘਟਨਾ ਤੋਂ ਬਾਅਦ ਗੋਬਿੰਦਾ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗੋਬਿੰਦਾ ਕਹਿੰਦੇ ਨੇ ਵੀ ਮੈਂ ਬਿਲਕੁਲ ਠੀਕ ਹਾਂ, ਮੈਨੂੰ ਤੁਹਾਡੇ ਸਾਰਿਆਂ ਦੇ ਦੁਆਵਾਂ ਦਾ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਪੂਰੀ ਆਡੀਓ ਦੇ ਵਿੱਚ ਗੋਬਿੰਦਾ ਕੀ ਕਹਿੰਦੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਆਪ ਸਭ ਲੋਕੋ ਕੇ ਆਸ਼ੀਰਵਾਦ ਔਰ ਮਾਂ ਬਾਪ ਕਾ ਆਸ਼ੀਰਵਾਦ ਔਰ ਗੁਰੂ ਕੀ ਕਿਰਪਾ ਕੇ ਵਜਹ ਸੇ ਗੋਲੀ ਲੱਗੀ ਥੀ ਪਰ ਉਹ ਨਿਕਾਲ ਦੀ ਗਈ ਹੈ। ਮੈਂ ਧੰਨਵਾਦ ਦੇਤਾ ਹੂੰ ਯਹਾਂ ਕੇ ਡਾਕਟਰ ਕਾ, ਆਦਰਣੀਏ ਡਾਕਟਰ ਅਗਰਵਾਲ ਜੀ ਕਾ, ਔਰ ਆਪ ਸਭ ਲੋਕੋ ਕੀ ਪ੍ਰਾਰਥਨਾ ਜੋ ਹੈ, ਆਪ ਲੋਕ ਕਾ ਧੰਨਵਾਦ ਬੜਾਵਾ। ਦੱਸ ਦਈਏ ਕਿ ਘਰ ਦੇ ਵਿੱਚ ਬੈਠੇ ਜਦੋਂ ਗੋਬਿੰਦਾ ਆਪਣੀ ਰਿਵਾਲਵਰ ਸਾਫ਼ ਕਰ ਰਹੇ ਹੁੰਦੇ ਨੇ ਤਾਂ ਅਚਾਨਕ ਰਿਵਾਲਵਰ ਚੱਲਣ ਦੇ ਨਾਲ ਉਹਨਾਂ ਦੇ ਪੱਟ ਵਿੱਚ ਗੋਲੀ ਵੱਜ ਜਾਂਦੀ ਹੈ। ਇਸ ਪੂਰੀ ਘਟਨਾ ਤੋਂ ਬਾਅਦ ਗੋਬਿੰਦਾ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗੋਬਿੰਦਾ ਕਹਿੰਦੇ ਨੇ ਵੀ ਮੈਂ ਬਿਲਕੁਲ ਠੀਕ ਹਾਂ, ਮੈਨੂੰ ਤੁਹਾਡੇ ਸਾਰਿਆਂ ਦੇ ਦੁਆਵਾਂ ਦਾ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਪੂਰੀ ਆਡੀਓ ਦੇ ਵਿੱਚ ਗੋਬਿੰਦਾ ਕੀ ਕਹਿੰਦੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਆਪ ਸਭ ਲੋਕੋ ਕੇ ਆਸ਼ੀਰਵਾਦ ਔਰ ਮਾਂ ਬਾਪ ਕਾ ਆਸ਼ੀਰਵਾਦ ਔਰ ਗੁਰੂ ਕੀ ਕਿਰਪਾ ਕੇ ਵਜਹ ਸੇ ਗੋਲੀ ਲੱਗੀ ਥੀ ਪਰ ਉਹ ਨਿਕਾਲ ਦੀ ਗਈ ਹੈ। ਮੈਂ ਧੰਨਵਾਦ ਦੇਤਾ ਹੂੰ ਯਹਾਂ ਕੇ ਡਾਕਟਰ ਕਾ, ਆਦਰਣੀਏ ਡਾਕਟਰ ਅਗਰਵਾਲ ਜੀ ਕਾ, ਔਰ ਆਪ ਸਭ ਲੋਕੋ ਕੀ ਪ੍ਰਾਰਥਨਾ ਜੋ ਹੈ, ਆਪ ਲੋਕ ਕਾ ਧੰਨਵਾਦ ਬੜਾਵਾ। ਇੱਦਾਂ ਦੀਆਂ ਹੋਰ ਵੱਡੀਆਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਪੰਜਾਬੀ ਡਾਕ 5। ਧੰਨਵਾਦ, ਸਤਿ ਸ਼੍ਰੀ ਅਕਾਲ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।